ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਤੁਹਾਡਾ ਗੁਰਲਾਲ ਬਾਵਾ। ਜਿਵੇਂ ਕਿ ਮਿਸਟਰ ਮਿਸਿਵਾ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਅਤੇ ਠੀਕ ਠਾਕ ਹੋਵੋਗੇ। ਅਤੇ ਜਿਵੇਂ ਕਿ ਸਭ ਨੂੰ ਪਤਾ ਹੀ ਆ, ਹੈ ਨਾ, 3-4 ਦਿਨ ਕਿ ਕਾਫੀ ਦਿਨ ਹੋ ਗਏ ਆ ਆਪਾਂ ਇੰਸਟਾਗ੍ਰਾਮ 'ਤੇ ਮੈਂ ਕੁਝ ਕੁ ਪਾ ਰਿਹਾ ਵੀਡੀਓ ਸਾਈਡ ਜੀ, ਹੈ ਨਾ, ਅਤੇ ਯੂਟਿਊਬ 'ਤੇ ਕੁਛ ਪੋਸਟ ਨਹੀਂ ਕਰ ਰਿਹਾ, ਕੁਛ ਵੀ ਨਹੀਂ ਕਰ ਰਹੇ ਵੈਸੇ ਤਾਂ ਅਸੀਂ ਫਿਲਹਾਲ ਇੰਸਟਾਗ੍ਰਾਮ 'ਤੇ ਵੀ ਕੁਛ ਪੋਸਟ ਨਹੀਂ ਕਰ ਰਹੇ ਜ਼ਿਆਦਾ। ਅਤੇ ਸਾਰਿਆਂ ਦੇ ਮੈਸੇਜ ਆ ਰਹੇ ਆ ਕਿ ਵੀਰੇ ਕੀ ਹੋਇਆ, ਕੀ ਹੋਇਆ, ਕੀ ਨਹੀਂ ਹੋਇਆ, ਕੀ ਗੱਲ ਆ। ਅਤੇ ਕੁਝ ਕਮੈਂਟ ਕਰ ਰਹੇ ਆ ਕਿ ਇਹਨਾਂ ਨੂੰ ਤੁਸੀਂ ਅਨਫੋਲੋ ਕਰੋ, ਇਹ ਕਰੋ, ਉਹ ਕਰੋ। ਉਹ ਬਈ ਤੁਹਾਡੀ ਤੁਹਾਡਾ ਮਤਲਬ ਕਿ, ਹੈ ਨਾ, ਤੁਹਾਡਾ ਦਿਲ ਆ, ਜਿੱਦਾਂ ਤੁਹਾਨੂੰ ਸਹੀ ਲੱਗਦਾ, ਜਿਹੜੇ ਕਰੈਕਟਰ ਤੁਸੀਂ ਦੇਖਣਾ ਤੁਹਾਨੂੰ ਪਸੰਦ ਲੱਗਦੇ, ਤੁਸੀਂ ਉਹਨੂੰ ਫੋਲੋ ਕਰ ਸਕਦੇ ਹੋ, ਜਿਹੜੇ ਨਹੀਂ ਕਰਦੇ ਅਨਫੋਲੋ ਕਰ ਸਕਦੇ ਹੋ, ਹੈ ਨਾ। ਅਤੇ ਉਹ ਤੁਹਾਡੀ ਮਰਜ਼ੀ ਆ, ਆਪਾਂ ਕਿਸੇ ਨੂੰ ਨਹੀਂ ਕਹਿੰਦੇ ਕਿ ਤੁਸੀਂ ਸਾਨੂੰ ਅਨਫੋਲੋ ਕਰੋ ਜਾਂ ਫੋਲੋ ਕਰੋ। ਜੋ ਤੁਹਾਡਾ ਦਿਲ ਕਰਦਾ ਆਪਾਂ ਕਹਿ ਜ਼ਰੂਰ ਦਿੰਦੇ ਹਾਂ ਕਿ ਫੋਲੋ ਕਰੋ, ਤੁਹਾਡੇ ਹੱਥ 'ਤੇ, ਤੁਹਾਡੇ ਆਪ 'ਤੇ ਡਿਪੈਂਡ ਹੁੰਦਾ ਕਿ ਅਸੀਂ ਫੋਲੋ ਕਰਨਾ ਕਿ ਨਹੀਂ ਕਰਨਾ, ਠੀਕ ਆ। ਅਤੇ ਬਾਕੀ ਹਾਂ, ਮੈਂ ਵੀਡੀਓ ਪਾ ਰਿਹਾ, ਪੋਸਟ ਪਾ ਰਿਹਾ, ਸਭ ਕੁਛ ਕਰ ਰਿਹਾ ਕਿ ਮੈਂ ਕਿਉਂ ਨਹੀਂ ਅਪਲੋਡ ਕਰ ਰਿਹਾ, ਇਹ ਕਰ ਰਿਹਾ, ਉਹ ਕਰ ਰਿਹਾ। ਅਤੇ ਜਿਵੇਂ ਕਿ ਤੁਹਾਨੂੰ ਪਤਾ ਹੀ, ਆਪਾਂ ਮੈਂ ਸਾਰੇ ਕਹਿੰਦੇ ਤੂੰ ਸਹਿਮਤੀ ਲੈ ਰਿਹਾ ਵਾਂ, ਤੇਰੇ ਵਿਊ ਘੱਟ ਗਿਆ, ਇਹ ਘੱਟ ਗਏ, ਉਹ ਘੱਟ ਗਏ। ਮੈਂ ਤੁਹਾਨੂੰ ਦੱਸ ਦੇਣਾ, ਪਿੱਛੇ ਜਿਹੜੀ ਮੇਰੀ ਕੌਂਟਰਵਰਸੀ ਚੱਲੀ ਸੀ ਨਾ, ਅਤੇ ਉਦੋਂ ਵੀ ਮੇਰੇ ਵਿਊ ਸਭ ਕੁਛ ਵਧੀਆ ਆ ਰਹੇ ਸੀ। ਕੌਂਟਰਵਰਸੀਆਂ ਖੇਡ ਕੇ ਹਰ ਕੋਈ ਵਿਊ ਭਾਲ ਲੈਂਦਾ, ਠੀਕ ਆ। ਸਿਰਫ ਰੋਣਾ ਧੋਣਾ ਹੀ ਸਭ ਕੁਛ ਨੇ ਪਿੱਛੇ 3-4 ਮਹੀਨੇ ਹੋ ਗਏ, ਮੈਂ ਤਾਂ ਕੁਛ ਨਹੀਂ ਰੋਇਆ, ਮੈਂ ਤਾਂ ਕੋਈ ਕਿਸੇ ਦੀ ਵੀਡੀਓ ਨਹੀਂ ਪਾਈ ਰੋਣ ਵਾਲੀ, ਕੁਛ ਵੀ ਨਹੀਂ ਪਾਈ। ਇਸ ਵਾਰ ਮੈਂ ਕੋਈ ਰੋਣ ਵਾਲੀ ਵੀਡੀਓ ਨਹੀਂ ਪਾਈ, ਬਸ ਮੈਂ ਯੂਟਿਊਬ ਛੱਡ ਗਿਆ 5-6 ਦਿਨ ਲਈ, ਹੈ ਨਾ। ਮੈਂ ਯੂਟਿਊਬ 'ਤੇ ਵੀਡੀਓ ਨਹੀਂ ਕੁਛ ਅਪਲੋਡ ਕੀਤੀ, ਬਸ ਇੰਸਟਾਗ੍ਰਾਮ 'ਤੇ ਸਟੇਟਸ ਲਾ ਰਿਹਾ ਸੀ, ਹੈ ਨਾ। ਜੇ ਇੰਸਟਾਗ੍ਰਾਮ 'ਤੇ ਸਟੇਟਸ ਲਾਈਏ ਜਾਂ ਸਟੋਰੀ ਲਾਈਏ, ਹੁਣ ਤੁਸੀਂ ਕਹਿੰਦੇ ਆ ਕਿ ਹਰ ਚੀਜ਼, ਮੈਂ ਤੁਸੀਂ ਕਹਿੰਦੇ ਕਿ ਹਰ ਚੀਜ਼ ਸੋਸ਼ਲ ਮੀਡੀਆ 'ਤੇ ਨਹੀਂ ਦੱਸੀ ਜਾਂਦੀ, ਜੇ ਆਪਾਂ ਨਾ ਦੱਸੀਏ ਤੁਸੀਂ ਤਾਂ ਵੀ ਨਹੀਂ ਜੀਣ ਦਿੰਦੇ, ਹੈ ਨਾ। ਹੁਣ ਮੈਂ ਚਾਹੁੰਦਾ ਨਹੀਂ ਸੀ ਕਿ ਮੈਂ ਆਹ ਗੱਲ ਕਿਸੇ ਨਾਲ ਵੀ ਸ਼ੇਅਰ ਕਰਾਂ ਜਾਂ ਕੁਛ ਵੀ ਕਰਾਂ। ਮੈਨੂੰ ਪਤਾ ਹੁਣ ਇਹਦੇ 'ਤੇ ਵੀ ਬਹੁਤ ਕੁਛ ਹੋਊਗਾ, ਲੋਕ ਗੱਲਾਂ ਕਰਨਗੇ ਜਾਂ ਸਵਾਲ ਕਰਨਗੇ, ਹੈ ਨਾ। ਪਿੱਛੇ ਜੇ ਮੇਰੀ ਇੱਕ ਮੈਂ ਵੀਡੀਓ ਪਾਈ ਆ ਲੇਟੈਸਟ, ਹੈ ਨਾ, ਇਸ ਤੋਂ ਪਹਿਲਾਂ ਵਾਲੀ ਜਿਹੜੀ ਵੀਡੀਓ ਵਾ, ਜਿਹੜਾ ਬੋਲਿਆ ਸੀ ਨਜਾਇਜ਼ ਦਾ ਫਾਲਤੂ ਬੰਦਾ, ਹੈ ਨਾ। ਅਤੇ ਚਲੋ ਉਹਦੇ 'ਤੇ ਵੀ ਜੋ ਆ, ਕਿਸੇ ਨੇ ਕੋਈ ਕਹਿੰਦਾ ਵਾ ਕਿ ਇਹਨੇ ਆਪ ਹੀ ਕਰਵਾਇਆ ਹੋਣਾ, ਉਹਨੂੰ ਰੋਮਾਂਚਕ ਵਾਲੇ ਨੂੰ, ਹੈ ਨਾ, ਕਮੈਂਟ ਆਇਆ ਹੋਣਾ ਕਿ ਵੀਰੇ ਇਹਨੇ ਆਪ ਹੀ ਕਰਾ ਤਾ, ਕੰਟੈਂਟ ਲਈ ਕੁਛ ਵੀ ਕਰ ਸਕਦਾ। ਵੀਰੇ ਕੰਟੈਂਟ ਲਈ ਨਾ ਗੱਲ ਕਰਨਾ ਚਾਹੁੰਦਾ, ਮੈਂ ਹਾਂ ਕਿਉਂ ਸੈਡ ਵੀਡੀਓ ਪਾ ਰਿਹਾ ਜੇ ਕੁਛ ਪਾ ਰਿਹਾ। ਤੁਸੀਂ ਸਾਰੇ ਕਹਿੰਦੇ ਆ ਕਿ ਹਰ ਚੀਜ਼ ਸੋਸ਼ਲ ਮੀਡੀਆ 'ਤੇ ਨਾ ਦੱਸਿਆ ਕਰੋ, ਨਾ ਦੱਸਿਆ ਕਰੋ, ਨਾ ਦੱਸਿਆ ਕਰੋ। ਸੋ ਇਸ ਵਾਰ ਮੈਂ ਸੋਸ਼ਲ ਮੀਡੀਆ ਤੋਂ ਦੂਰ ਹੋ ਕੇ ਦੇਖਿਆ, ਹੈ ਨਾ। ਅਤੇ ਮੈਂ ਸਾ ਦੱਸਾਂ, ਮੇਰਾ ਦਿਲ ਸੀਗਾ ਪੂਰਾ ਕਿ ਮੈਂ ਸੋਸ਼ਲ ਮੀਡੀਆ ਛੱਡਦਾ, ਸਭ ਕੁਛ ਕਰਦਾ, ਮਤਲਬ ਕਿ ਮੈਂ ਜਿਸ ਹਿਸਾਬ ਨਾਲ ਸਾਡੀ ਜ਼ਿੰਦਗੀ 'ਚ ਚੱਲ ਰਿਹਾ ਸੀਗਾ, ਹੈ ਨਾ, ਜੋ ਵੀ ਸਭ ਨੂੰ ਪਤਾ, ਜੋ ਮੇਰੇ ਨਾਲ ਬੀਤਿਆ, ਮੈਨੂੰ ਕਈ ਨਾ ਧਮਕਿਆ ਦਿੰਦੇ ਆ, ਤੇਰਾ ਨਾ ਸੋਸ਼ਲ ਮੀਡੀਆ 'ਤੇ ਸਾਰਾ ਕੁਛ ਪਿਆ ਪਿੱਛੇ, ਜੋ ਜਿਹਨਾਂ ਕਾਊਂਟਰ ਹੋਇਆ ਸੀ, ਰਿਕਾਰਡਿੰਗ ਆਈ ਸੀ, ਉਹ ਮੈਨੂੰ ਮੈਸੇਜ ਕਰਕੇ ਧਮਕਿਆ ਦੇ ਰਿਹਾ ਸੀ। ਕੀ ਧਮਕਿਆ ਦੇ ਰਿਹਾ ਸੀਗਾ ਕਿ ਤੇਰਾ ਨੈੱਟ 'ਤੇ ਸਾਰਾ ਕੁਛ ਪਿਆ, ਹੁਣ ਮੇਰਾ ਨੈੱਟ 'ਤੇ ਸਿਰਫ ਮੇਰੇ ਵਲੋਗ ਪਏ ਆ, ਕੀ ਪਿਆ ਮੇਰਾ ਨੈੱਟ 'ਤੇ, ਤੁਸੀਂ ਕੀ ਸਾਬਿਤ ਕੀ ਕਰਨਾ ਚਾਹੁੰਦੇ ਹੋ। ਇੱਕ ਤਾਂ ਬੰਦਾ ਬੋਲਣ ਲੱਗੇ ਨਹੀਂ ਦੇਖਦਾ, ਹੈ ਨਾ। ਇੱਕ ਇੰਸਟਾਗ੍ਰਾਮ 'ਤੇ ਕੁੜੀ ਵੀ ਸੀਗੀ, ਪਹਿਲਾਂ ਨਾ ਉਹਨੇ ਮੈਨੂੰ ਪ੍ਰਮੋਸ਼ਨ ਲਈ ਮੈਸੇਜ ਕੀਤਾ, ਅਤੇ ਬਾਅਦ 'ਚ ਉਹਨੇ ਨਾ ਸਾਡੇ ਮਤਲਬ ਕਿ ਘੱਟ ਗਏ ਹੋਣੇ ਲਾਈਕ ਵਿਊ, ਹੈ ਨਾ। ਅਤੇ ਬਾਅਦ 'ਚ ਮੈਨੂੰ ਕਹਿੰਦੀ, ਅਸੀਂ ਨਹੀਂ ਤੁਹਾਨੂੰ ਕਹਿੰਦਾ ਤੁਹਾਡੇ ਲਾਈਕ ਵਿਊ ਘੱਟ ਆ। ਮੈਂ ਚਲੋ ਠੀਕ ਆ, ਇਟਸ ਓਕੇ। ਬਾਅਦ 'ਚ ਉਹਨੇ ਪਤਾ ਨਹੀਂ ਕਿਸੇ ਦਾ ਕੀ ਦੇਖਿਆ ਕੀ ਨਹੀਂ ਦੇਖਿਆ, ਮੈਨੂੰ ਬਾਅਦ 'ਚ ਮੈਸੇਜ ਪਤਾ ਕੀ ਕਰ ਰਹੀ ਹੈ, ਲੈ ਤੁਸੀਂ ਲੋਕਾਂ ਨੂੰ ਗੁੰਮਰਾਹ। ਪਹਿਲਾਂ ਮੈਨੂੰ ਕਹਿੰਦੀ ਤੁਸੀਂ ਮੇਰੀ ਪ੍ਰਮੋਸ਼ਨ ਕਰ ਦੋਗੇ, ਮੈਂ ਕਿਹਾ ਮੈਡਮ ਤੁਸੀਂ ਤਾਂ ਸਾਨੂੰ ਕਿਹਾ ਸੀ ਸਾਡੇ ਲਾਈਕ ਜਾਂ ਵਿਊ ਘੱਟ ਨੇ, ਹੈ ਨਾ, ਹੁਣ ਤੁਸੀਂ ਮੈਨੂੰ ਮੈਸੇਜ ਕਰ ਰਹੇ ਹੋ ਫਿਰ ਪ੍ਰਮੋਸ਼ਨ ਕਰ ਦਿਉ। ਅਤੇ ਮੈਂ ਕਿਹਾ ਮੈਮ, ਮੈਂ ਇੱਦਾਂ ਨਹੀਂ ਕਰਦਾ ਹੁੰਦਾ ਕਿ ਇੱਕ ਗੱਲ ਤਾਂ ਤੁਸੀਂ ਰਿਹਾ ਕਰੋ, ਆਪਾਂ ਨਹੀਂ ਕਰਨੀ, ਠੀਕ ਆ। ਕਦੀ ਤੁਸੀਂ ਆਪ ਹੀ ਇੱਦਾਂ ਕਰਦੇ ਹੋ, ਰੋਣਾ ਧੋਣਾ ਲਾਇਆ ਹੋਇਆ ਵਾ, ਇਹ ਵੋ। ਮੈਂ ਕਿਹਾ ਤੁਹਾਡੀ ਗੱਲ ਨੂੰ ਮਨਾ ਕਰਤਾ ਅਤੇ ਅਸੀਂ ਮਾੜੇ ਹੋ ਗਏ, ਮੈਂ ਇੱਥੇ ਉਹਦਾ ਸਕਰੀਨਸ਼ੋਟ ਲਾ ਦੂੰਗਾ, ਅਤੇ ਅਸੀਂ ਜੇ ਤੁਹਾਨੂੰ ਮਨਾ ਕਰਤਾ ਅਸੀਂ ਮਾੜੇ ਹੋ ਗਏ। ਨਾਲ ਹੀ ਕਮੈਂਟ ਕਰਨ ਲੱਗ ਗਈ, ਮੈਂ ਬਲੋਕ ਕਰਤੀ ਉਹ, ਨਾਲ ਹੀ ਕਮੈਂਟ ਕਰਨ ਲੱਗ ਗਈ, ਮਾੜਾ ਬੋਲਣ ਲੱਗ ਗਈ, ਇਹ ਵੋ, ਲੱਲੇ ਪੱਬੇ। ਅੱਛਾ ਜੇ ਤੁਹਾਡੀ ਅਸੀਂ ਪ੍ਰਮੋਸ਼ਨ ਕਰ ਦਿੰਦੇ ਅਤੇ ਅਸੀਂ ਸਹੀ ਸੀ, ਉੱਦਾਂ ਅਸੀਂ ਮਾੜੇ, ਵੈਸੇ ਵੀ ਸਾਨੂੰ ਮਾੜਾ ਹੀ ਕਹਿੰਦਾ ਹਰ ਕੋਈ, ਹੈ ਨਾ। ਮੈਨੂੰ ਇਹ ਨਹੀਂ ਸਮਝਦੀ ਸਾਨੂੰ ਮਾੜਾ ਕਹਿੰਦਾ ਕਿਉਂ ਆ, ਇਹ ਕਿ ਹਾਂ ਮੇਰਾ ਥੰਬਨੇਲ ਕੁਛ ਹੋਰ ਹੁੰਦਾ, ਵੀਡੀਓ ਕੁਝ ਹੋਰ ਹੁੰਦੀ ਆ। ਤੁਹਾਨੂੰ ਮੈਂ ਦੱਸ ਦੇਣਾ, ਅੱਜ ਤੋਂ ਮੈਂ ਇਹਦਾ ਹਕੀਕਤ ਦੱਸਦਾ, ਰੀਅਲ ਕੀ ਆ। ਮੈਂ ਨਾ ਜਦੋਂ ਵੀਡੀਓ ਅਪਲੋਡ ਕਰ ਦਿੰਦਾ,
ਮੇਰੇ 'ਚ ਨਾ ਇੱਕ ਮੇਰੇ ਨਾਲ ਬਹੁਤ ਸੱਚੀ ਗੱਲ ਆ, ਮੈਨੂੰ ਵੀ ਆਪਣੇ ਆਪ 'ਤੇ ਹੁੰਦਾ ਕਿ ਯਾਰ ਮੈਂ ਵਲੋਗ ਕੁਛ ਸੋਚ ਕੇ ਬਣਾਉਂਦਾ ਵਾ, ਮੈਂ ਕਮਿਊਨਿਟੀ ਆ ਪੋਸਟ ਪਾ ਦਿੰਦਾ ਵਾਂ, ਅਤੇ ਬਾਅਦ 'ਚੋਂ ਆ ਕੇ ਫੈਮਿਲੀ ਜਾਂ ਕੋਈ ਵੀ ਆ ਕੇ ਮੈਨੂੰ ਮਨ੍ਹਾ ਕਰ ਦਿੰਦਾ ਕਿ ਤੂੰ ਆਹ ਚੀਜ਼ ਅਪਲੋਡ ਨਾ ਕਰ, ਫਿਰ ਉੱਥੇ ਮੈਂ ਕੀ ਕਰ ਸਕਦਾ ਯਾਰ? ਜਦੋਂ ਮੈਨੂੰ ਫੈਮਿਲੀ ਉਹ ਮਨ੍ਹਾ ਕਰ ਦਿੰਦੀ ਐਂਡ ਮੌਕੇ 'ਤੇ ਆ ਕੇ ਕਿ ਤੂੰ ਆਹ ਚੀਜ਼ ਨਹੀਂ ਪਾਉਣੀ, ਸਾਡੇ ਘਰ ਲੜਾਈ ਹੋਜੂਗੀ ਜਾਂ ਤੇਰੇ ਘਰ ਲੜਾਈ ਹੋਜੂਗੀ ਜਾਂ ਪ੍ਰੀਤ ਨਾਲ 'ਚ ਕੁਛ ਵੀ ਹੋਜੂਗੀ, ਫਿਰ ਐਂਡ ਮੌਕੇ 'ਤੇ ਮੈਂ ਵੀਡੀਓ ਨਹੀਂ ਪਾਉਂਦਾ, ਥੰਬਨੇਲ ਮੇਰਾ ਉਹੀ ਰਹਿ ਜਾਂਦਾ। ਇਹਦੇ ਵਿੱਚ ਮੈਨੂੰ ਲੋਕ ਗਾਲਾਂ ਕੱਢਦੇ ਆ ਪਰ ਇਹ ਨਹੀਂ ਸੋਚਦੇ ਕਿ ਉਹਦੇ ਨਾਲ ਕੀ ਹੋਇਆ, ਕਿਉਂ ਉਹਨੇ ਇੱਦਾਂ ਕੀਤਾ। ਮਿੰਟ 'ਚ ਤੁਸੀਂ ਸਾਰਾ ਕੁਛ ਸੋਚ ਕੇ ਆਪਣੇ ਦਿਮਾਗ ਲਾ ਕੇ ਸਾਰਾ ਕੁਛ ਪਾ ਦਿੰਦੇ ਹੋ। ਉਹਦੀ ਗੱਲ ਤੁਸੀਂ ਛੱਡੋ, ਜੋ ਵੀ ਹੋ ਗਿਆ ਚਲੋ, ਮੈਂ ਹੁਣ ਗੱਲ ਨਹੀਂ ਕਰਦਾ, ਹੈ ਨਾ, ਕਿ ਜੋ ਸੋਸ਼ਲ ਮੀਡੀਆ 'ਤੇ ਚੱਲ ਰਿਹਾ ਸਭ ਨੂੰ ਹੀ ਪਤਾ ਵਾ, ਸਭ ਨੂੰ ਕੋਈ ਕਿਸੇ ਅੱਜ ਕੱਲ੍ਹ। ਹੁਣ ਮੈਂ ਤੁਹਾਨੂੰ ਦੱਸਦਾ ਵਾਂ, ਕੱਲ੍ਹ ਰਾਤ ਦੀ ਹੋਈ ਗੱਲ ਆ, 2 ਘੰਟੇ ਲਈ ਇੰਸਟਾਗ੍ਰਾਮ ਨਾ ਬੰਦ ਹੋਇਆ ਅਤੇ ਸਾਰਿਆਂ ਦੇ ਸਾਹ ਸੁੱਕ ਗਏ। ਮੈਨੂੰ ਕੱਜ ਕੱਲ੍ਹ ਕਰੇਟਰਾਂ ਦੇ ਫੋਨ ਆਏ, ਬਾਈ ਸੱਚੀ ਬੰਦ ਹੋ ਗਿਆ, ਬਾਈ ਸੱਚੀ ਬੰਦ ਹੋ ਗਿਆ। ਜਦਕਿ ਮੈਨੂੰ ਮੈਸੇਜ ਆਇਆ ਸੀਗਾ, ਮਤਲਬ ਮੈਸੇਜ ਨਹੀਂ, ਯਾਰ ਦੋਸਤ ਹੀ ਦੱਸ ਰਹੇ ਸੀਗੇ, ਕਹਿੰਦਾ ਬਾਈ ਜੋ 3-4 ਘੰਟੇ ਲਈ ਬੰਦ ਹੋਇਆ ਵਾ, ਥੋੜ੍ਹਾ ਜਿਹਾ ਮਤਲਬ ਕਿ ਕੋਈ ਸਿਸਟਮ ਜਿਹਾ ਹੋਇਆ ਵਾ, ਹੈ ਨਾ, ਨੈਟਵਰਕ ਇਸ਼ੂ ਜਾਂ ਕੋਈ ਇਸ਼ੂ ਹੋ ਗਿਆ ਨਾ, ਤਾਂ ਕਰਕੇ ਬੰਦ ਹੋ ਗਿਆ। ਐਸਾ ਕੋਈ ਪੱਕਾ ਬੰਦ ਨਹੀਂ ਹੋਇਆ, ਫੇਸਬੁੱਕ ਵੀ ਬੰਦ ਹੋ ਗਿਆ ਨਾ, ਫੇਸਬੁੱਕ ਬੰਦ ਹੋ ਸਕਦੀ ਹੈ ਨਾ, ਯੂਟਿਊਬ ਬੰਦ ਹੋ ਸਕਦੀ, ਇੰਸਟਾਗ੍ਰਾਮ ਦਾ ਭਰੋਸਾ ਨਹੀਂ, ਕਿਉਂਕਿ ਜਿਵੇਂ ਟਿਕਟੋਕ ਚੱਲ ਗਈ ਉੱਦਾਂ ਇੰਸਟਾਗ੍ਰਾਮ ਵੀ ਜਾ ਸਕਦਾ, ਠੀਕ ਹੈ ਨਾ, ਇਹਦਾ ਕੋਈ ਭਰੋਸਾ ਨਹੀਂ। ਜੇ ਟਿਕਟੋਕ ਚੱਲ ਜਾ ਸਕਦੀ ਆ ਤਾਂ ਇੰਸਟਾਗ੍ਰਾਮ ਵੀ ਜਾ ਸਕਦਾ, ਜੋ ਮਰਜ਼ੀ ਹੋ ਜੇ। ਇਸ ਕਰਕੇ ਇਹਦੇ 'ਤੇ ਇੰਨਾ ਤਬਾਰ ਨਾ ਕਰਿਆ ਕਰੋ। ਅਤੇ ਸਨੈਪਚੈਟ 'ਤੇ ਅਸੀਂ ਹੈਗੇ ਹਾਂ, ਸਨੈਪਚੈਟ 'ਤੇ ਸੰਦੀਪ ਅੰਡਰਸਕੋਰ ਬਾਵਾ 99 ਮੇਰੀ ਆਈਡੀ ਆ, ਠੀਕ ਆ, ਅਤੇ ਹੋ ਸਕਿਆ ਤਾਂ ਉੱਤੇ ਵੀ ਯਾਰ ਕਰ ਲਿਆ ਕਰੋ ਫੋਲੋ ਫਾਲੋ ਜਿੱਦਾਂ ਵੀ, ਹੈ ਨਾ। ਹੁਣ ਮੁੱਦੇ ਦੀ ਗੱਲ ਆਉਂਦੇ ਹਾਂ, ਅਸੀਂ ਸੈਡ ਕਿਉਂ ਆ, ਕੁਝ ਕੁ ਕਮੈਂਟ ਕਰ ਰਹੇ ਹਾਂ, ਬਈ ਤੁਹਾਡੀ ਭਾਬੀ ਨਾਲ ਲੜਾਈ ਹੋ ਗਈ, ਵੀਰੇ ਭਾਬੀ ਉੱਧਰ ਚੱਲ ਗਈ, ਵੀਰੇ ਕੀ ਗੱਲ ਹੋਈ ਆ, ਤੁਹਾਡੇ ਘਰ ਦੇ ਕੁਛ ਕਰ ਰਹੇ ਆ, ਜਾਂ ਤੁਸੀਂ ਤੁਹਾਡਾ ਬਾਹਰ ਦਾ ਲਾਇਆ ਸੀ ਉਹਦਾ ਨਹੀਂ ਬਣਿਆ, ਕਿਸੇ ਨੂੰ ਤਾਂ ਪਤਾ ਨਹੀਂ ਮੈਂ ਬਾਹਰ ਦਾ ਲਾਇਆ ਜਾਂ ਨਹੀਂ ਲਾਇਆ, ਕਿਸੇ ਦੇ ਦਿਮਾਗ 'ਚ ਗੱਲ ਵੀ ਨਹੀਂ ਆ ਰਹੀ ਕਿ ਮੈਂ ਬਾਹਰ ਦਾ ਲਾਇਆ ਜਾਂ ਨਹੀਂ ਲਾਇਆ, ਹੈ ਨਾ। ਅਤੇ ਮੈਂ ਤੁਹਾਨੂੰ ਦੱਸ ਦਿੰਦਾ ਵਾਂ ਕਿ ਗੱਲ ਕੀ ਆ, ਇਹ 10-15 ਦਿਨ ਤੋਂ ਨਾ ਸਾਡੇ ਇਸ਼ੂ ਚੱਲ ਰਿਹਾ ਕੋਈ, ਮੈਂ ਹਰ ਚੀਜ਼ ਤੋਂ ਦੱਸ, ਸੋਸ਼ਲ ਮੀਡੀਆ ਆਪਾਂ ਨਹੀਂ ਦੱਸ ਸਕਦੇ ਭਰਾਵਾ, ਤੁਸੀਂ ਸਾਰੇ ਕਹਿੰਦੇ ਅਸੀਂ ਦੱਸਤਾ, ਮੈਂ ਤਾਂ ਵੀ ਮਾੜਾ ਨਾ ਦੱਸਿਆ, ਮੈਂ ਤਾਂ ਵੀ ਮਾੜਾ, ਮੇਰੇ 'ਤੇ ਤਾਂ ਮੈਂ ਮਾੜਾ ਹੀ, ਮੇਰੇ 'ਤੇ ਨਾ ਪਤਾ ਨਹੀਂ ਕੀ ਲੋਕਾਂ ਨੇ ਪ੍ਰਭਾਵ ਪਾਤਾ, ਮੈਂ ਚੰਗੀ ਚੀਜ਼ ਪਾਵਾਂ ਨਾ ਤਾਂ ਵੀ ਮੈਨੂੰ ਮਾੜਾ ਹੀ ਕਹਿ ਜਾਣਗੇ। ਹਜ਼ੂਰ ਸਾਹਿਬ ਦੀ ਮੈਂ ਵੀਡੀਓ ਪਾਈ ਸੀਗੀ ਅਤੇ ਨਾ ਉੱਤੇ ਮੈਂ ਨਾ ਸੱਚਖੰਡ ਸ਼੍ਰੀ ਹਜ਼ੂਰ ਸਾਹਿਬ ਦੇ ਨਾ ਥੰਬਨੇਲ ਲਾਇਆ, ਸੱਚੀ ਹਕੀਕਤ ਵਾਲੀ ਗੱਲ ਆ ਬਾਈ, ਕਸਮ ਲੱਗੇ, ਮੈਂ ਸੱਚਖੰਡ ਸ਼੍ਰੀ ਹਜ਼ੂਰ ਸਾਹਿਬ ਵਾਲਾ ਨਾ ਥੰਬਨੇਲ ਲਾਇਆ, ਬਾਬਾ ਗੁਰਦੁਆਰੇ ਦੀ ਫੋਟੋ ਲਾਈ, ਹੈ ਨਾ, ਗੁਰਦੁਆਰਾ ਸਾਹਿਬ ਦੀ, ਅਤੇ ਲੋਕਾਂ ਨੇ ਨਾ ਵਿਊ ਨਹੀਂ ਦਿੱਤੇ। ਮੈਂ 3 ਘੰਟੇ ਬਾਅਦ ਥੰਬਨੇਲ ਚੇਂਜ ਕੀਤਾ, ਮੈਨੂੰ ਵਿਊ ਆਉਣੇ ਸ਼ੁਰੂ ਹੋ ਗਏ, ਉਹ ਜਿਹੜੀ ਵੀਡੀਓ ਮੇਰੀ 10ਵੇਂ ਨੰਬਰ 'ਤੇ ਜਾ ਰਹੀ ਸੀ ਨਾ, ਮੇਰੀ ਵੀਡੀਓ 3-2 ਨੰਬਰ 'ਤੇ ਆ, ਮੈਂ ਹੈਰਾਨ ਹੋ ਗਿਆ, ਮੈਂ ਕਿਹਾ ਯਾਰ ਦੁਨੀਆ ਨੇ ਗੁਰਦੁਆਰੇ ਵਾਲਾ ਥੰਬਨੇਲ ਲਾਇਆ ਅਤੇ ਮੈਨੂੰ ਕਿਸੇ ਨੇ ਵਿਊ ਨਹੀਂ ਦਿੱਤੇ, ਹੈ ਨਾ। ਮੈਨੂੰ ਹੁਣ ਕੁਝ ਕਹਿੰਦੇ ਤੂੰ ਚੰਗੀਆਂ ਚੀਜ਼ਾਂ ਪਾ, ਤੁਹਾਨੂੰ ਅਪਲੋਡ ਕਰਾਂਗੇ, ਯਾਰ ਚੰਗੀ ਚੀਜ਼ ਪਾਓ, ਤੁਸੀਂ ਵਿਊ ਨਹੀਂ ਦਿੰਦੇ ਹੁਣ ਕਿਸੇ ਦਾ। ਹੁਣ ਮੈਂ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਮੇਰਾ ਹੁਣ ਮੈਂ ਚਲੋ ਗੇੜੇ ਗੁੜੇ ਹੁੰਦ ਲਾਉਣੇ ਸ਼ੁਰੂ ਕੀਤੇ, ਪਹਿਲਾਂ ਮੈਂ ਯੂਟਿਊਬ ਤੋਂ ਹੀ ਕਮਾਉਂਦਾ ਸੀਗਾ, ਮੈਂ ਬਾਹਰ ਗਿਆ ਸੀ, ਦੁਬਈ ਦਾ ਲਾਇਸੈਂਸ ਆ ਮੇਰਾ, ਸਭ ਨੂੰ ਪਤਾ, ਹੈ ਨਾ, ਅਤੇ ਉੱਥੋਂ ਮੈਂ ਆ ਗਿਆ, ਹੁਣ ਸ਼ਾਇਦ ਮੈਂ ਚਲਾ ਜਾਵਾਂ ਦੁਬਾਰਾ, ਕਿਉਂਕਿ ਸਿਸਟਮ ਥੋੜ੍ਹਾ ਜਿਹਾ ਹੋਰ ਤਰ੍ਹਾਂ ਦਾ ਹੋ ਗਿਆ, ਹੈ ਨਾ। ਸਾਰੀ ਜ਼ਿੰਦਗੀ ਬੰਦਾ ਯੂਟਿਊਬ 'ਤੇ ਵੀ ਨਹੀਂ ਬੈਠਾ ਰਹਿੰਦਾ, ਇੰਸਟਾਗ੍ਰਾਮ 'ਤੇ ਨਹੀਂ ਬੈਠਾ ਰਹਿੰਦਾ, ਹਾਂ ਜੇ ਮੇਰੇ ਕੋਲ ਪੈਸਾ ਆਵੇ ਮੈਂ ਹੀ ਯੂਟਿਊਬ ਨੂੰ ਵੱਡੇ ਲੈਵਲ 'ਤੇ ਕਰਾਂ, ਕੁਛ ਵਧੀਆ ਕਰਾਂ, ਹੈ ਨਾ, ਘੁੰਮਾਂ ਫਿਰਾਂ, ਜੇ ਕਰਾਂ ਉਹ ਕਰਾਂ, ਹਾਲੀ ਮੈਂ ਤਾਂ ਨਹੀਂ ਘੁੰਮ ਪਾਉਂਦਾ, ਕਿਰਤ ਲਈ ਛੋਟੀ ਹੈ, ਜੇ ਆਪਾਂ ਨੂੰ ਬਾਹਰ ਕਿਤੇ ਲੈ ਜਾਂਦੇ ਹਾਂ ਕਦੀ ਸਰਦ ਗਰਮ ਹੋ ਜਾਂਦਾ, ਬਿਮਾਰ ਹੋ ਜਾਂਦੀ ਆ, ਉਹਦੇ ਕਰਕੇ ਨਾ ਮੈਂ ਥੋੜ੍ਹਾ ਜਿਹਾ ਬਾਹਰ ਨਹੀਂ ਜਾ ਸਕਦਾ, ਅਤੇ ਜ਼ਿਆਦਾਤਰ ਮੰਮੀ ਵੱਲ ਵੀ ਨਹੀਂ ਜਾ ਸਕਦਾ, ਮੰਮੀ ਤੁਹਾਨੂੰ ਪਤਾ, ਮੰਮਾ ਦੇ ਨਾ ਮਤਲਬ ਕਿ ਇੱਥੇ ਪਿੱਠ ਬਹੁਤ ਦਰਦ ਕਰਦੀ ਆ, ਡਿੱਗ ਗਏ ਸੀਗੇ, ਸਭ ਨੂੰ ਪਤਾ, ਤਾਂ ਕਰਕੇ ਮੰਮਾ ਵੱਲ ਵੀ ਝੁੱਕ ਕੇ ਮਤਲਬ ਕਿ ਭੱਜਿਆ ਨਹੀਂ ਜਾਂਦਾ ਕਿਰਤ ਮਗਰ, ਤਾਂ ਕਰਕੇ ਮੰਮਾ ਵੱਲ ਵੀ ਜ਼ਿਆਦਾ ਦੇਰ ਨਹੀਂ ਛੱਡ ਸਕਦਾ, ਅਤੇ ਪ੍ਰੀਤ ਦੇ ਮੰਮਾ ਵੀ ਬਿਮਾਰ ਸੀਗੇ 3-4 ਦਿਨ ਤੋਂ, ਉੱਧਰ ਵੀ ਆਪਾਂ ਛੱਡਦੇ ਹਾਂ ਅਤੇ ਉੱਧਰ ਜ਼ਿਆਦਾ ਰਹਿੰਦੀ ਨੇ, ਉਹ ਬਾਹਰ ਨੂੰ ਭੱਜਦੀ ਹੈ ਅਤੇ ਉੱਧਰ ਉਹਨਾਂ ਦੀ ਨਾ ਸੜਕ ਬਹੁਤ ਵਗਦੀ ਆ, ਅਤੇ ਕਦੀ ਕੋਈ ਮੋਟਰਸਾਈਕਲ ਆ ਜਾਂਦਾ, ਕਦੀ ਕੋਈ ਗੱਡੀ ਆ ਜਾਂਦਾ, ਸਾਨੂੰ ਡਰ ਲੱਗਦਾ ਰਹਿੰਦਾ, ਤਾਂ ਕਰਕੇ ਅਸੀਂ ਇਹ ਪ੍ਰੀਤ ਦੀ ਮੰਮਾ ਵੱਲ ਵੀ ਨਹੀਂ ਛੱਡ ਸਕਦੇ, ਸਾਨੂੰ ਇਸ ਕਰਕੇ ਆਪਾਂ ਕਹਿੰਦੇ ਹਾਂ ਇੱਥੇ ਕੀਰਤਨ ਨੂੰ 5-6 ਸਾਲ ਦੀ ਹੋ ਜਾਵੇ, ਫਿਰ ਆਪਾਂ ਨਾ ਘੁੰਮਣਾ ਫਿਰਨਾ ਸ਼ੁਰੂ ਕਰੀਏ, ਹੈ ਨਾ, ਸਕੂਲ ਜਾਣ ਲੱਗ ਜੂਗੀ, ਚਲੋ ਸਕੂਲ ਅਸੀਂ ਇੱਧਰ ਉੱਧਰ ਹੋਵਾਂਗੇ, ਡੈਡੀ ਲੈ ਆਉਣਗੇ, ਮੰਮਾ ਲੈ ਆਉਣਗੇ, ਹੈ ਨਾ, ਮੰਮ ਡੈਡੀ ਜਾ ਕੇ ਲੈ ਆ ਸਕਦੇ ਆ, ਵੀਡਾ ਵੀਡਾ ਲੈ ਕੇ ਜਾ ਸਕਦਾ ਅਤੇ ਲੈ ਕੇ ਆ ਸਕਦਾ ਵਾ ਜਿੱਦਾਂ ਵੀ, ਹੈ ਨਾ, ਤਾਂ ਕਰਕੇ ਆਪਾਂ ਥੋੜ੍ਹਾ ਜਿਹਾ ਬਾਹਰ ਵੀ ਨਹੀਂ ਘੁੰਮ ਰਹੇ, ਅਤੇ 3-4 ਦਿਨ ਤੋਂ ਮੈਂ ਸਾਈਡ ਤਾਂ ਵਾਂ, ਥੋੜ੍ਹਾ ਜਿਹਾ
ਦੱਸਣ ਨੂੰ ਦਿਲ ਬਹੁਤ ਕਰ ਰਿਹਾ, ਬਹੁਤ ਹੀ ਜ਼ਿਆਦਾ ਕਰ ਰਿਹਾ, ਪਰ ਮੈਂ ਦੱਸ ਨਹੀਂ ਸਕਦਾ ਕਿਉਂਕਿ ਮੇਰਾ ਰੋਣਾ ਨਿਕਲ ਜਾਣਾ, ਕਿਉਂਕਿ ਸਾਡੇ ਘਰ ਹੋ ਹੀ ਇੱਦਾਂ ਦਾ ਸਿਸਟਮ ਗਿਆ। ਪਹਿਲੀ ਗੱਲ ਤਾਂ ਤੁਸੀਂ ਸਾਰੇ ਕਹਿੰਦੇ ਹੋ ਕਿ ਤੂੰ ਘਰ ਵਾਪਸੀ, ਘਰ ਵਾਪਸੀ ਮੰਗਦਾ ਰਹਿੰਦਾ ਵਾ, ਜੇ ਕਰਦਾ ਰਹਿੰਦਾ ਉਹ ਕਰਦਾ ਰਹਿੰਦਾ। ਮੈਂ ਘਰ ਵਾਪਸੀ ਤਾਂ ਮੰਗਦਾ ਯਾਰ ਕਿਉਂਕਿ ਮੇਰਾ ਇੱਥੇ ਦਿਲ ਨਹੀਂ ਲੱਗਦਾ, ਜਿਸ ਘਰ 'ਚ ਮਾਂ ਪਿਓ ਬੈਠੇ ਹੋਣ ਨਾ। ਇਹ ਸਿਰਫ ਇੱਕ ਘਰ ਆ, ਘਰ ਨਹੀਂ, ਇਹਨੂੰ ਆਪਾਂ ਮਕਾਨ ਕਹਿ ਸਕਦੇ ਹਾਂ, ਚਾਰ ਦੀਵਾਰੀ ਦਾ ਮਕਾਨ ਆ। ਘਰ ਉਦੋਂ ਬਣਦਾ ਵਾ ਜਦੋਂ ਵਿੱਚ ਜੀ ਹੋਣ, ਜੀਆਂ ਦੇ ਨਾਲ ਹੀ ਘਰ ਹੁੰਦਾ ਵਾ, ਇਹ ਸਭ ਨੂੰ ਪਤਾ ਵਾ। ਤਾਂ ਕਰਕੇ ਮੈਂ ਘਰ ਮੰਗਦਾ, ਨਹੀਂ ਤਾਂ ਮੈਨੂੰ ਕੀ, ਮੈਂ ਤਾਂ ਰਹੀ ਜਾਂਦਾ, ਰੋਟੀ ਖਾਈ ਜਾਂਦਾ, ਸਭ ਕੁਛ ਕਰੀ ਜਾਂਦਾ, ਡੈਡੀ ਮੰਮੀ ਵੀ ਰੋਟੀ ਖਾਈ ਜਾਂਦੇ, ਸਾਰੇ ਰੋਟੀ ਖਾਈ ਜਾਂਦੇ ਆ। ਹੋਰ ਕੋਈ ਨਹੀਂ, ਹੋਰ ਕਿਸੇ ਕੋਈ ਇਨਫਲੂਐਂਸਰ ਜਾਂ ਕੋਈ ਯੂਟਿਊਬਰ ਨਹੀਂ ਹੋਣਾ ਜਿਹੜਾ ਮੰਗਦਾ ਹੋਣਾ ਕਿ ਮੈਂ, ਜਿਹੜਾ ਅਲੱਗ ਹੋਣਾ ਆਪਣੇ ਘਰ ਦੇ ਤੋਂ। ਵੈਸੇ ਤਾਂ ਹੁਣੇ 3-4 ਹੈਗੇ ਆ, ਉਹਨਾਂ ਨੇ ਕਦੀ ਵੀਡੀਓ ਨਹੀਂ ਪਾਈ, ਪਰ ਮੈਂ ਪਾ ਦਿੰਦਾ ਕਿਉਂਕਿ ਮੈਂ ਨਹੀਂ ਸੋਚਦਾ ਯਾਰ ਜੇ ਮੈਂ ਆਪਣੇ ਘਰ ਦੀ ਮੰਗ ਕਰ ਲਈ ਤਾਂ ਫਿਰ ਕੀ ਹੋ ਗਿਆ। ਮੈਂ ਉਹਨਾਂ ਦਾ ਹੀ ਬੱਚਾ ਵਾਂ, ਉਹਨਾਂ ਲਈ ਮੈਂ ਸਦਾ ਲਿਆਉਣਾ ਹੀ ਲੈਣਾ ਰਹਿਣਾ ਵਾ। ਉਹ ਗੱਲ ਵੱਖਰੀ, ਮੈਂ ਸੋਸ਼ਲ ਮੀਡੀਆ 'ਤੇ ਦੱਸ ਦਿੰਦਾ ਰੋ ਕੇ, ਕਿਉਂਕਿ ਸੋਸ਼ਲ ਮੀਡੀਆ ਨੂੰ ਇੱਕ ਜ਼ਿੰਦਗੀ 'ਚ ਇੱਕ ਐਸਾ ਕਿ ਪਰਸਨ ਬਣਾ ਲਿਆ ਨਾ, ਕਿਉਂਕਿ ਅੱਜ ਕੱਲ੍ਹ ਮੈਂ ਤੁਹਾਨੂੰ ਸੱਚ ਦੱਸ ਦਿੰਦਾ, ਅੱਜ ਕੱਲ੍ਹ ਆਪਣੇ ਬਹੁਤ ਚੰਗਾ ਦਿਲ ਦਾ ਕਰੀਬ ਹੋਵੇ ਨਾ ਯਾਰ ਦੋਸਤ, ਉਹਨਾਂ ਵੀ ਗੱਲ ਸ਼ੇਅਰ ਕਰਦੀਆਂ ਨਾ, ਕਿਤੇ ਨਾ ਕਿਤੇ ਆ ਕੇ ਉਹ ਟੋਂਟ ਜਾਂ ਮਿਹਣਾ ਮਾਰ ਜਾਂਦਾ। ਅਤੇ ਮੈਂ ਯੂਟਿਊਬ ਨੂੰ ਇੱਕ ਆਪਣਾ ਭਰਾ ਜਾਂ ਦੋਸਤ ਇਹ ਸਭ ਕੁਛ ਮੰਨ ਲਿਆ ਵਾ, ਹੈ ਨਾ, ਪਰ ਫੈਮਿਲੀ ਤੋਂ ਫੈਮਿਲੀ ਹੋ ਰਹਿਣੀ ਹੈ ਜੇ ਆਪਾਂ ਕਿਸੇ ਨਾਲ ਦੁੱਖ ਨਹੀਂ ਕਰ ਸਕਦੇ। ਮੈਂ ਇੱਥੇ ਸ਼ੇਅਰ ਕਰ ਦਿੰਦਾ ਦੁੱਖ ਆਪਣਾ, ਜਾਂ ਸਟੋਰੀ ਪਾ ਦਿੰਦਾ, ਜਾਂ ਕਮਿਊਨਿਟੀ ਪੋਸਟ ਪਾ ਦਿੰਦਾ, ਜਾਂ ਕੁਛ ਵੀ ਦੱਸ ਦਿੰਦਾ, ਹੈ ਨਾ, ਇੱਥੇ ਸ਼ੇਅਰ ਕਰ ਦਿੰਦਾ। ਅਤੇ ਫਿਰ ਉਹਦੇ ਕਰਕੇ ਲੋਕ ਮੈਨੂੰ ਕਮੈਂਟ ਕਰਦੇ। ਹੁਣ ਮੈਂ 3-4 ਦਿਨ ਤੋਂ ਮੈਂ ਦੇਖ ਰਿਹਾ, ਮੈਂ ਯੂਟਿਊਬ ਜਮਾਂ ਮੈਂ ਕਸਮ ਲੱਗੇ ਸੋਹਣ ਲੱਗੇ, ਮੈਂ ਹੁਣ ਕੀਰਤਨ ਦੀ ਸੋਹਣ ਖਾ ਤੋਂ ਕਹਿਣਾ ਯਾਰ ਕੁੜੀ ਦੀ ਸੋਹਣ ਖਾਈ ਜਾਂਦਾ ਬੈਠਾ, ਅਤੇ ਮੇਰਾ ਦਿਲ ਨਹੀਂ ਕਰ ਰਿਹਾ ਸੀ ਕਿ ਮੈਂ ਜਮਾਂ ਯੂਟਿਊਬ ਬੰਦ ਕਰਦਾ, ਸੋਹਣ ਲੱਗੇ ਯੂਟਿਊਬ ਇੰਸਟਾਗ੍ਰਾਮ ਬੰਦ ਕਰਦਾ, ਕਿਉਂਕਿ ਮੈਂ ਵੈਸੇ ਵੀ ਇੰਸਟਾਗ੍ਰਾਮ 'ਤੇ ਤਾਂ ਕੁਛ ਅਪਲੋਡ ਹੀ ਨਹੀਂ ਕਰ ਰਿਹਾ ਸੀ, ਹੈ ਨਾ, ਫੋਲੋਵਰ ਚਾਹੇ ਘੱਟ ਰਹੇ ਚਾਹੇ ਵੱਧ ਰਹੇ, ਉਹ 'ਚੋਂ ਫਰਕ ਨਹੀਂ ਪੈ ਰਿਹਾ ਸਾਨੂੰ। ਪਰ ਮੇਰਾ ਦਿਲ ਛੱਡ ਚੁੱਕਿਆ ਸੀ, ਮੈਨੂੰ ਇਹ ਸੀ ਕਿ ਜਿੱਥੋਂ ਦਾ ਮੈਂ ਚੀਜ਼ ਕਰ ਰਿਹਾ ਵਾਂ ਜੇ ਉੱਥੋਂ ਦਾ ਬਣ ਗਿਆ ਨਾ, ਰੱਬ ਸੁੱਖ ਰੱਖੇ, ਮੈਂ ਛੱਡ ਹੀ ਦੇਣਾ ਸਾਰਾ ਕੁਛ। ਪਰ ਹੁਣ ਤੁਹਾਨੂੰ ਮੈਂ ਦੱਸਦਾ ਹਕੀਕਤ ਗੱਲ ਕੀ ਹੋਈ ਆ, ਜਦੋਂ ਸਾਰਿਆਂ ਨਾਲ ਗੱਲ ਹੋ ਗਈ ਸੀਗੀ ਮੇਰੀ, ਹੈ ਨਾ, ਕਿ ਤੂੰ ਸੋਸ਼ਲ ਮੀਡੀਆ 'ਤੇ ਨਾ ਦੱਸਿਆ ਕਰਕੇ, ਤੂੰ ਬਾਹਰ ਦਾ ਲਾਇਆ ਵਾ, ਤੂੰ ਇਹ ਲਾਇਆ ਵਾ, ਤੂੰ ਉਹ ਲਾਇਆ ਵਾ, ਹੈ ਨਾ, ਪ੍ਰੀਤ ਦੇ ਉੱਤੋਂ, ਪ੍ਰੀਤ ਦੇ ਮੰਮਾ ਵੀ ਠੀਕ ਨਹੀਂ ਸੀ, ਉੱਧਰਲੇ ਵੀ ਦਿਮਾਗ ਖਰਾਬ ਹੋ ਗਿਆ, ਉੱਧਰ ਉਹ ਚਲ ਗਏ, ਸਾਰਾ ਕੁਛ ਹੋ ਗਿਆ। ਅਤੇ ਮੈਂ ਲਾਇਆ ਸੀਗਾ ਯਾਰ ਇੰਗਲੈਂਡ ਦਾ, ਠੀਕ ਹੈ, ਇੰਗਲੈਂਡ ਦਾ ਲਾਇਆ ਸੀਗਾ, ਅਤੇ ਮੇਰਾ ਫੇਰ ਨਹੀਂ ਬਣਿਆ, ਕਿਉਂਕਿ ਇਸ ਵਾਰ ਪਿਛਲੀ ਵਾਰ ਮੈਂ ਚਲੋ ਆਪਣੇ ਕਿਸੇ ਖਾਸ ਬੰਦੇ ਕੋਲ ਲਾਇਆ ਸੀਗਾ, ਅਤੇ ਉਹਨਾਂ ਨੇ ਮਤਲਬ ਕਿ ਐਂਡ 'ਤੇ ਆ ਕੇ ਉਹੋ ਜਿਹਾ, ਮੈਂ ਨਾਮ ਨਹੀਂ ਲੈ ਸਕਦਾ, ਉਹਨਾਂ ਨੇ ਇਹੋ ਜਿਹੀ ਚੀਜ਼ ਕਰਤੀ ਕਿ ਸਾਡੇ ਮੇਰੇ ਪੈਸੇ ਵੀ ਮਰ ਗਏ ਥੋੜ੍ਹੇ ਜਿਹੇ, ਹੈ ਨਾ, ਮੈਂ ਪੈਸੇ ਇੱਧਰ ਉੱਧਰ ਚੱਕ ਚੁੱਕ ਕੇ ਲਾਏ ਸੀਗੇ, ਅਤੇ ਉਹ ਪੈਸੇ ਵੀ ਮਰ ਗਏ ਥੋੜ੍ਹੇ ਜਿਹੇ, ਉਹਦੇ ਕਰਕੇ ਸਾਡਾ ਘਰ ਦਾ ਸਿਸਟਮ ਥੋੜ੍ਹਾ ਜਿਹਾ ਹਿੱਲ ਗਿਆ, ਹੈ ਨਾ, 3-4 ਦਿਨ ਤੋਂ ਸਾਡਾ ਦਿਮਾਗ ਖਰਾਬ ਹੋ ਰਿਹਾ ਸੀ, ਕਿੱਥੋਂ ਦੇਣੇ ਉਹਨਾਂ ਦੇ ਪੈਸੇ, ਉਹ ਪੈਸੇ ਵੀ ਨਹੀਂ ਮੋਟਰ ਜਿਹੜੇ ਬੰਦੇ ਕੋਲ ਅਸੀਂ ਲੈਣੇ ਆ, ਅਤੇ ਅਸੀਂ ਕਿਸੇ ਕੋਲ ਤਾਂ ਨਹੀਂ ਜਾਂਦੇ ਪਏ ਕਿਉਂਕਿ ਉਹ ਸਾਡਾ ਆਪਣਾ ਖਾਸ, ਅਸੀਂ ਚਾਹੁੰਦੇ ਸਾਨੂੰ ਆਪ ਹੀ ਮਿਲ ਜੇ, ਕੋਈ ਚੱਕਰ ਨਹੀਂ। ਉਹ ਕੋਈ ਕਹਿੰਦਾ ਕੋਈ ਨਾ, ਮੈਂ ਉਹਨੇ ਅੱਗੇ ਫੜਾਏ ਸੀ, ਉਹਦੀ ਵੀ ਨਹੀਂ ਗਲਤੀ, ਹੁਣ ਅੱਗੋਂ ਉਹਨੂੰ ਆਊਗੇ ਉਹ ਮੈਨੂੰ ਪਾਊਗਾ, ਹੁਣ ਅੱਗੇ ਹੁਣ ਕੀ ਆ, ਮੈਨੂੰ ਥੋੜ੍ਹੀ ਪਤਾ, ਮੇਰਾ ਕੰਮ ਆ ਬਾਹਰ ਜਾਣ ਦਾ, ਹੈ ਨਾ, ਉਹਨਾਂ ਨੇ ਅੱਗੇ ਕਿਸੇ ਨਾਲ ਡੀਲ ਕੀਤਾ ਹੁੰਦਾ, ਕਿਸੇ ਨਾਲ ਸਿਸਟਮ ਕੀਤਾ ਹੁੰਦਾ, ਉਹਦਾ ਮੈਨੂੰ ਨਹੀਂ ਪਤਾ ਕੁਛ ਵੀ। ਤਾਂ ਕਰਕੇ ਅਸੀਂ ਥੋੜ੍ਹਾ ਧਿਰਜ ਬੈਠੇ ਹਾਂ, ਦਿਲ ਨਹੀਂ ਕਰ ਰਿਹਾ ਕੁਛ ਵੀ ਅਪਲੋਡ ਕਰਨ ਦਾ, ਕੁਛ ਵੀ ਨਹੀਂ ਕਰਨ ਦਾ ਦਿਲ ਕਰ ਰਿਹਾ। ਅਤੇ ਇਹ ਮੈਂ ਅੱਜ ਤੁਹਾਨੂੰ ਵੀਡੀਓ ਪਾ ਕੇ ਤਾਂ ਦੱਸ ਰਿਹਾ ਵਾਂ ਕਿ ਕੋਈ ਪ੍ਰੀਤ ਨਾਲ ਕੋਈ ਲੜਾਈ ਨਹੀਂ ਹੋਈ ਮੇਰੀ ਕਿਸੇ ਨਾਲ ਕੋਈ ਲੜਾਈ ਨਹੀਂ ਹੋਈ, ਮੇਰਾ ਬਸ ਥੋੜ੍ਹਾ ਜਿਹਾ ਬਾਹਰ ਦੇ ਇਸ਼ੂ ਕਰਕੇ ਮਨ ਖਰਾਬ ਹੋਇਆ, ਕਿ ਸਾਡਾ ਨਹੀਂ ਲੱਗ ਰਿਹਾ, ਮੇਰੇ ਪੈਸੇ ਪਹਿਲਾਂ ਵੀ ਖਰਾਬ ਹੋਏ ਸੀ, ਹੁਣ ਫਿਰ ਖਰਾਬ ਹੋ, ਹੁਣ ਮੈਨੂੰ ਲੱਗਦਾ ਹੋ ਜੂਗੇ, ਕਿਉਂਕਿ ਅਗਲਾ ਬੰਦਾ ਟਾਲ ਮਟੋਲ ਕਰੀ ਜਾਊਗਾ, ਸਮਝ ਲਓ ਯਾਰ ਕਿ ਅੱਜ ਦੇ ਦੂੰਗਾ, 6 ਮਹੀਨੇ ਬਾਅਦ ਦੇ ਦੂੰਗਾ, ਸਾਲ ਬਾਅਦ ਦੇ ਦੂੰਗੇ। ਪਰ ਮੈਂ ਤਾਂ ਆਪਣੇ ਕਿਸੇ ਪੈ ਅਗਲੇ ਨੂੰ ਮੈਂ ਟਾਈਮ ਦਿੱਤਾ ਹੁੰਦਾ ਕਿਸੇ ਨੂੰ, ਹੈ ਨਾ, ਉਹਨੂੰ ਮੈਂ ਸਹੀ ਟਾਈਮ 'ਤੇ ਮੋੜੂੰਗਾ, ਤਦੇ ਮੈਨੂੰ ਅੱਗੇ ਤੋਂ ਕੁਛ ਯਕੀਨ ਤੋਂ ਲੋੜ ਪੈ ਸਕਦੀ ਆ, ਹੈ ਨਾ, ਕਿਸੇ ਵੀ ਅੱਜ ਕੱਲ੍ਹ ਕਿਸੇ ਵੀ ਬੰਦੇ ਨੂੰ ਕਿਸੇ ਤੋਂ ਵੀ ਲੋੜ ਪੈ ਸਕਦੀ ਆ, ਤਾਂ ਕਿ ਸਾਡਾ ਮਨ ਖਰਾਬ ਆ ਕਿ ਸਾਡਾ ਬਣਦਾ ਨਹੀਂ ਪਿਆ।
ਹੋਰ ਕੋਈ ਇਸ਼ੂ ਨਹੀਂ ਹੈਗਾ। ਬਸ ਅੱਜ ਮੈਂ ਇਹੀ ਕਹਿਣਾ ਚਾਹੁੰਦਾ ਸੀਗਾ ਕਿ ਯਾਰ ਕਦੀ ਵੀ ਅਸੀਂ ਹੁਣ ਇਸ ਵਾਰੀ ਮੈਂ ਸੋਸ਼ਲ ਮੀਡੀਆ 'ਤੇ ਨਹੀਂ ਦੱਸਿਆ ਸੀਗਾ ਕਿ ਮੇਰਾ ਇੰਗਲੈਂਡ ਦਾ ਬਣ ਜੂਗਾ, ਮੈਂ ਲਾਤਾ ਵਾ, ਮੈਂ ਇਹ ਕਰ ਲਿਆ, ਮੈਂ ਉਹ ਕਰ ਲਿਆ, ਮੈਂ ਇਸ ਵਾਰ ਨਹੀਂ ਦੱਸਿਆ ਸੀਗਾ ਹੈ ਨਾ। ਫਿਰ ਵੀ ਦੁਨੀਆ ਮੈਨੂੰ ਕਮੈਂਟ ਕਰੀ ਜਾਂਦੀ ਤੂੰ ਰੋਂਦਾ ਹੀ ਰਹਿਣਾ, ਰੋਂਦਾ ਹੀ ਰਹਿਣਾ। ਭਰਾਵਾ ਮੈਂ 3-4 ਦਿਨ ਵੀਡੀਓ ਨਹੀਂ ਪਾਈ, ਮੇਰਾ ਦਿਲ ਸੀ ਮੈਂ ਸੈਡ ਸਟੋਰੀ ਲਾ ਦਿੰਦਾ। ਹਰ ਕੋਈ ਅੱਜ ਕੱਲ੍ਹ ਜਦੋਂ ਕਿਸੇ ਦਾ ਦਿਲ ਟੁੱਟਦਾ ਵਾ, ਜਦੋਂ ਕੋਈ ਸਹੇਲੀ ਛੱਡ ਗਈ ਹੁੰਦੀ ਆ ਜਾਂ ਕਿਸੇ ਦਾ ਸਹੇਲਾ ਛੱਡ ਗਿਆ ਹੁੰਦਾ ਵਾ, ਅਗਲਾ ਹਰ ਕੋਈ ਆਪਣੀ ਸਟੋਰੀ ਲਾ ਕੇ ਦੱਸ ਦਿੰਦਾ ਵਾ। ਮੈਂ ਵੀ ਇਸ ਵਾਰ ਸਟੋਰੀਆਂ ਲਾਤੀਆਂ ਅਤੇ ਪ੍ਰੀਤ ਵੀ ਬਹੁਤ ਜ਼ਿਆਦਾ ਟੈਨਸ਼ਨ ਲੈ ਰਹੀ ਸੀ ਕਿ ਆਪਾਂ ਕਿੱਦਾਂ ਕਿੱਦਾਂ ਕਰਾਂਗੇ ਹੈ ਨਾ, ਅਤੇ ਉਹਦੇ ਕਰਕੇ ਸਾਨੂੰ ਬਹੁਤ ਹੀ ਜ਼ਿਆਦਾ ਟੈਨਸ਼ਨ ਹੋ ਰਹੀ ਸੀ, ਤਾਂ ਕਰਕੇ ਆਪਾਂ ਕਿਸੇ ਨਾਲ ਗੱਲ ਸ਼ੇਅਰ ਨਹੀਂ ਕਰ ਰਹੇ ਸੀਗੇ। ਅਤੇ ਮੈਨੂੰ ਬਹੁਤ ਕਸਮ ਲੱਗੇ ਵਾਹਿਗੁਰੂ ਦੀ, ਮੈਨੂੰ ਬਹੁਤ ਮੈਸੇਜ ਆ ਰਹੇ ਸੀਗੇ ਕਿ ਵੀਰੇ ਗੱਲ ਦੱਸੋ ਕੀ ਹੋਇਆ, ਕੁਝ ਕੁ ਗਾਲਾਂ ਕੱਢ ਰਹੇ ਸੀ, ਤੇਰਾ ਰੋਂਦਾ ਹੀ ਰਹਿਣਾ। ਬਈ ਕੋਈ ਗੱਲ ਨਹੀਂ, ਮੈਂ ਅੱਜ ਕੱਲ੍ਹ ਕਹਿਣਾ ਚਾਹੁੰਦਾ ਇਹ, ਮੈਂ ਇਸ ਵਾਰ ਸ਼ੇਅਰ ਨਹੀਂ ਕੀਤਾ ਸੀਗਾ, ਤੁਸੀਂ ਫਿਰ ਵੀ ਨਜਾਇਜ਼ ਕਮੈਂਟ ਕਰ ਰਹੇ ਹੋ, ਅਸੀਂ ਰੋਂਦਾ ਰਹਿਣਾ ਕੋਈ ਗੱਲ ਨਹੀਂ। ਜੇ ਮੇਰੀ ਕਿਸਮਤ 'ਚ ਰੋਣਾ ਲਿਖਿਆ ਕਿ ਤੁਹਾਡੇ ਅੱਗੇ ਤੁਹਾਡੇ ਦਰਵਾਜ਼ੇ ਅੱਗੇ ਖੜ ਕੇ ਉਹ ਤੁਹਾਡੇ ਕੋਲ ਪੈਸੇ ਤਾਂ ਨਹੀਂ ਮੰਗਣ ਆ ਰਿਹਾ, ਤੁਹਾਡੇ ਕੋਲ ਰੋਟੀ ਤਾਂ ਨਹੀਂ ਮੰਗਣ ਆ ਰਿਹਾ, ਕਿਸੇ ਕੀ ਮੈਂ ਆਟਾ ਦਾਲ ਤਾਂ ਚੱਕ ਕੇ ਲੈ ਗਿਆ, ਮੈਂ ਰੋਣਾ, ਮੇਰੀ ਕਿਸਮਤ ਆਪਣੀ ਕਿਸਮਤ ਰੋਣਾ, ਤੁਹਾਨੂੰ ਮੈਂ ਚੰਗਾ ਲੱਗਦਾ ਤੁਸੀਂ ਦੇਖੋ ਨਹੀਂ ਚੰਗਾ ਲੱਗਦਾ। ਵੀਰੇ ਅਨਫੋਲੋ ਦਾ ਵੀ ਬਟਨ ਹੁੰਦਾ, ਤੁਸੀਂ ਕਰਕੇ ਚਲ ਜਾਓ। ਵੈਸੇ ਵੀ ਮੈਨੂੰ ਇੰਸਟਾਗ੍ਰਾਮ ਵਿੱਚ ਇੰਸਟਾਗ੍ਰਾਮ 'ਤੇ ਬਹੁਤ ਘੱਟ ਪੋਸਟਾਂ ਪੋਸਟ ਕਰ ਰਿਹਾ ਹੈ ਨਾ, ਜੇ ਤੁਹਾਡਾ ਦਿਲ ਕਰਦਾ ਤੁਸੀਂ ਸਾਨੂੰ ਦੇਖੋ, ਨਹੀਂ ਦਿਲ ਕਰਦਾ ਨਹੀਂ ਦੇਖੋ ਯਾਰ, ਅਸੀਂ ਕਿਸੇ ਦੇ ਉਹ ਨਹੀਂ ਕਰਦੇ ਹੈ ਨਾ। ਮੈਂ ਥੋੜ੍ਹੀ ਆ ਯਾਰ ਆਪਣੀ, ਜਾਂ ਮੈਂ ਕੁਝ, ਸਭ ਨੂੰ ਪਤਾ ਸੋਸ਼ਲ ਮੀਡੀਆ 'ਤੇ ਅੱਜ ਕੱਲ੍ਹ ਕੀ ਚੱਲ ਰਿਹਾ। ਇੰਸਟਾਗ੍ਰਾਮ ਬੰਦ ਹੋਇਆ ਨਾ, ਸਭ ਦੇ ਸਾਹ ਸੁੱਕ ਗਏ ਸੀਗੇ, ਪਰ ਮੇਰੇ ਸਾਹ ਨਹੀਂ ਸੁੱਕੇ, ਕਿਉਂਕਿ ਮੈਨੂੰ ਪਤਾ ਜੇ ਮੈਂ ਇੱਥੇ ਬਹਿ ਕੇ ਨਹੀਂ, ਮੈਂ ਦੁਬਈ ਜਾ ਕੇ ਜਿਹਨਾਂ ਦੇ ਪੈਸੇ ਲਏ ਮੈਂ ਵਾਪਸ ਕਰ ਹੀ ਦੇਣੇ ਆ, ਜਿਹੜੇ ਮੇਰੇ ਪੈਸੇ ਡੁੱਬੇ ਆ ਹੁਣ ਮੈਂ ਦੁਬਈ ਜਾ ਕੇ ਵਾਪਸ ਕਰ ਦੇਣੇ ਆ ਜੇ ਮੈਂ ਚਲਾ ਗਿਆ ਹੈ ਨਾ, ਜੇ ਮੇਰਾ ਨਾ ਬਣਿਆ। ਪਰ ਮੈਨੂੰ ਇਹ ਹੈਰਾਨਗੀ ਆਉਂਦੀ ਆ ਕਿ ਅਸੀਂ ਪੋਸਟ ਨਾ ਕਰੀਏ ਅਸੀਂ ਤਾਂ ਵੀ ਮਾੜੇ ਆ, ਜੇ ਅਸੀਂ ਪੋਸਟ ਕਰ ਦਈਏ ਅਸੀਂ ਤਾਂ ਵੀ ਮਾੜੇ ਆ, ਕਹਿੰਦੇ ਤੂੰ ਮਰ ਜਾ, ਕਹਿੰਦੇ ਵਧੀਆ ਤੇਰਾ ਭੋਗ ਪੈ ਜੇ, ਤੇਰਾ ਇਹ ਹੋ ਜੇ ਉਹ ਹੋ ਜੇ, ਮੈਨੂੰ ਕਮੈਂਟ ਆ ਰਹੇ ਇੱਦਾਂ ਦੇ। ਮੈਂ ਸੋਚ ਕੇ ਹੈਰਾਨ ਹੋ ਗਿਆ ਯਾਰ, ਤੁਸੀਂ ਕਮੈਂਟ ਕਰਨ ਲੱਗੇ ਮਾੜਾ ਸੋਚ, ਜੇ ਤੁਹਾਡੇ ਭਰਾ ਨੂੰ, ਤੁਹਾਡੇ ਮੁੰਡੇ ਨੂੰ, ਜਾਂ ਤੁਹਾਡੇ ਕਿਸੇ ਨੂੰ ਵੀ ਕੋਈ ਇੱਦਾਂ ਕਹੇ ਕਿ ਤੂੰ ਮਰ ਜਾ, ਉਹਦਾ 3 ਮਤਲਬ ਕਿ 4 ਸਾਲ ਦਾ 3 ਸਾਲ ਦਾ ਨਿਆਣਾ ਹੋਵੇ, ਉਹਦੀ ਵਾਈਫ ਹੋਵੇ, ਉਹਦਾ ਟੱਬਰ ਹੋਵੇ, ਉਹਦਾ ਮਗਰ ਮਾਂ ਪਿਓ ਹੋਵੇ, ਉਹ ਸੱਚੀ ਕਹਿੰਦੇ ਨਾ ਬੰਦਾ ਦਿਨ 'ਚ ਇੱਕ ਵਾਰ ਸੱਚ ਬੋਲਦਾ, ਜੇ ਮੈਨੂੰ ਕੁਛ ਹੋ ਜੇ ਉਹਨੂੰ ਕਿੰਨੇ ਸਾਹਮਣਾ। ਤੁਸੀਂ ਤਾਂ ਮਰ ਜਾ ਦਾ ਸ਼ਬਦ ਕਿਉਂ ਯਾਰ ਇੱਦਾਂ ਕਿਉਂ ਸੋਚਦੇ ਹੋ ਕਿ ਤੂੰ ਮਰ ਹੀ ਜਾ, ਤੇਰਾ ਭੋਗ ਪੈ ਜੇ, ਤੇਰਾ ਭੋਗ ਤਾਂ ਅਸੀਂ ਜਲੇਬੀਆਂ ਖਾਣਾ ਮੰਗੇ। ਲੋਕ ਇੱਦਾਂ ਦੇ ਕਮੈਂਟ ਕਰ ਰਹੇ, ਉਹ ਫਿਟੇ ਮੂੰਹ ਤੁਹਾਡੇ ਐਸੇ ਦੇ, ਤੁਹਾਨੂੰ ਕੋਈ ਇੱਦਾਂ ਕਹਿ ਕੇ ਦੇਖੇ ਨਾ, ਤੁਹਾਡੇ ਪਿਓ ਨੂੰ ਜਾਂ ਤੁਹਾਡੀ ਮਾਂ ਨੂੰ ਜਾਂ ਤੁਹਾਡੇ ਆਪਣੇ ਆਪ ਨੂੰ, ਤੁਹਾਡੇ ਦੱਸੋ ਤੁਹਾਡੇ 'ਤੇ ਕੀ ਬੀਤੂਗੀ ਯਾਰ। ਮੈਂ ਤਾਂ ਕੁਛ ਅਪਲੋਡ ਵੀ ਨਹੀਂ ਕੀਤਾ, ਤਾਂ ਵੀ ਨਹੀਂ ਜ਼ਿਆਦਾ ਬੋਲਣ ਲੱਗ ਗਏ, ਇਹ ਸਿਰਫ ਕਮਿਊਨਿਟੀ ਪੋਸਟ ਪਾਈ, ਉਹ ਵੀ ਮੈਂ ਲਿਖ ਕੇ ਜ਼ਾਹਿਰ ਕੀਤੀ ਕਿ ਮੈਂ ਵੀਡੀਓ ਪਾ ਕੇ ਤੁਹਾਨੂੰ ਦੱਸ ਦੂੰਗਾ, ਕਿਉਂਕਿ ਮੈਨੂੰ ਕਮੈਂਟ ਬਹੁਤ ਜ਼ਿਆਦਾ ਆ ਰਹੇ ਸੀਗੇ, ਸਾਰੇ ਕਹਿੰਦੇ ਵੀਰੇ ਕੀ ਹੋਇਆ, ਵੀਰੇ ਕੀ ਹੋਇਆ, ਵੀਰੇ ਕੀ ਹੋਇਆ, ਵੀਰੇ ਕੀ ਹੋਇਆ। ਮੈਂ ਦੱਸ ਰਿਹਾ ਸੀਗਾ, ਮੈਂ ਕਿਹਾ ਚੱਲ ਅੱਜ ਨਹੀਂ, ਮੈਂ 3-4 ਦਿਨ ਰੋਕ ਕੇ ਦੱਸ ਦੂੰਗਾ, ਪੋਸਟ ਪਾ ਦੂੰਗਾ, ਮੈਂ ਅੱਗੇ ਵੀ ਪਾ ਦਿੰਦਾ ਹੈ ਨਾ। ਮੈਂ ਤਾਂ ਕਰਕੇ ਆਪਣੇ ਇੰਸਟਾਗ੍ਰਾਮ 'ਤੇ ਸਟੋਰੀਆਂ ਲਾਤੀਆਂ, ਕਹਿੰਦੇ ਵਧੀਆ ਤੂੰ ਆ ਰਹੀ ਵੀ ਹੋ ਜੇ, ਤੂੰ ਮਰ ਜੇ, ਤੂੰ ਇਹ ਹੋ ਜੇ, ਤੂੰ ਹੋ ਜੇ। ਭਰਾਵਾ ਕਦੀ ਕਿਸੇ ਨੂੰ ਇੱਦਾਂ ਨਹੀਂ ਬੋਲੀਦਾ, ਤੁਸੀਂ ਗਾਲਾਂ ਕੱਢਦੇ ਹੋ, ਠੀਕ ਆ, ਤੁਹਾਡਾ ਹੱਕ ਆ, ਤੁਹਾਡੇ ਹੱਥ 'ਚ ਫੋਨ ਆ, ਤੁਸੀਂ ਕਮੈਂਟ ਕਰ ਸਕਦੇ ਹੋ, ਕਿਉਂਕਿ ਅਸੀਂ ਯੂਟਿਊਬ 'ਤੇ ਅਗਰ ਸੋਸ਼ਲ ਮੀਡੀਆ 'ਤੇ ਹੈਗੇ ਹਾਂ, ਤੁਹਾਡਾ ਵੀ ਹੱਕ ਆ ਕਮੈਂਟ ਕਰਨ ਦਾ, ਸਾਡਾ ਹੱਕ ਆ ਅਸੀਂ ਉਹ ਕਮੈਂਟ ਰੱਖਣਾ ਜਾਂ ਨਹੀਂ ਰੱਖਣਾ, ਡਿਲੀਟ ਕਰਨਾ ਜਾਂ ਕੁਛ ਵੀ ਕਰਨਾ, ਉਹ ਸਾਡਾ ਹੱਕ ਆ ਹੈ ਨਾ। ਤੁਸੀਂ ਜਿੱਦਾਂ ਬੋਲਦੇ ਹੋ ਸੋ ਸਹੀ ਆ, ਪਰ ਇੱਦਾਂ ਥੋੜ੍ਹੀ ਕਿਸੇ ਨੂੰ ਇੰਨਾ ਕਿ ਤੁਸੀਂ ਟਾਂਚ ਮਾਰ ਦਿਓ ਕਿ ਤੂੰ ਮਰ ਹੀ ਜਾ, ਤੇਰੀ ਜ਼ਿੰਦਗੀ ਖਤਮ ਹੀ ਹੋ ਜਾਵੇ, ਤੂੰ ਦਫ਼ਾ ਹੀ ਹੋ ਜਾਵੇ ਲਾਈਫ 'ਚੋਂ, ਇੱਦਾਂ ਨਹੀਂ ਕਰੀਦਾ ਹੁੰਦਾ ਕਿਸੇ ਨੂੰ। ਉਹਦੇ ਮਗਰ ਦੇ ਲਈਦਾ ਕਿ ਉਹ ਆਪਣਾ ਟੱਬਰ ਵੀ ਪਾਲ ਰਿਹਾ, ਕਿਸੇ ਤਰੀਕੇ ਨਾਲ ਪਾਲ ਲਊਗਾ, ਉਹਦੇ ਮਗਰ 3-4 ਸਾਲ ਦੀ ਬੇਟੀ ਵੀ ਹੈ ਜਾਂ ਕੁੜੀ ਆ, ਉਹਦੇ ਮਗਰ ਵਾਈਫ ਆ, ਉਹਦੇ ਮਗਰ ਮਾਂ ਪਿਓ ਵਾ, ਉਹਨੇ ਕਿੱਥੋਂ ਕਿੱਥੋਂ ਕਰਨਾ, ਠੀਕ ਆ। ਇਸ ਕਰਕੇ ਥੋੜ੍ਹਾ ਜਿਹਾ ਯਾਰ ਆਪਣਾ ਸੋਚ ਲਿਆ ਕਰੋ ਕਿ ਅਸੀਂ ਕੀ ਬੋਲਣਾ, ਬੋਲਣ ਲੱਗੇ ਤਾਂ ਤੁਸੀਂ ਜਮਾਂ ਨਹੀਂ ਸੋਚਦੇ ਯਾਰ। ਹੁਣ ਮੇਰੇ ਦਿਲ 'ਤੇ ਆ ਗੱਲਾਂ ਬੜੀਆਂ ਲੱਗੀਆਂ ਕਿ ਯਾਰ ਮੈਂ ਇਸ ਵਾਰ ਤਾਂ ਕੁਛ ਅਪਲੋਡ ਵੀ ਨਹੀਂ ਕੀਤਾ, ਫਿਰ ਵੀ ਦੁਨੀਆ ਬੋਲੀ ਜਾਂਦੀ ਹੈ ਹੈ ਨਾ। ਉਹ ਰਿੰਪਲ ਦੀ ਵੀਡੀਓ ਵੀ ਦੇਖੀ ਸੀ ਕਿ ਹਾਂ ਜਿਹੜੀ ਵੀਡੀਓ ਗਲਤ ਹੁੰਦੀ ਉੱਥੇ ਬੋਲਿਆ ਕਰੋ, ਹਮੇਸ਼ਾ ਹਰ ਕਿਸੇ ਨੂੰ ਗਲਤ ਨਾ ਬੋਲਦਿਆ ਕਰੋ, ਪਹਿਲਾਂ ਬੰਦੇ ਦੀ ਵੀਡੀਓ ਤਾਂ ਦੇਖ ਲਿਆ ਕਰੋ ਭਰਾਵਾ, ਜੋ ਕਿਸੇ ਨੇ ਕਿਹਾ ਤੁਸੀਂ ਉਹੀ ਕਰੀ ਜਾਂਦਾ, ਅੰਨਿਆਂ ਵਾਂਗੂ ਇਹ ਗੱਲ ਤਾਂ ਗਲਤ ਆ ਨਾ ਤੁਹਾਡੀ ਸਾਰਿਆਂ ਦੀ ਯਾਰ। ਜਿਹੜੀ ਵੀਡੀਓ ਗਲਤ ਤੁਸੀਂ ਉਹਨੂੰ ਬੋਲੋ, ਜਿਹੜੀ ਵੀਡੀਓ ਗਲਤ ਨਹੀਂ ਤੁਸੀਂ ਉਹਨੂੰ ਵੀ ਵਿੱਚ ਜੋੜੀ ਜਾਂਦੇ ਹੋ ਤਾਂ ਤੁਹਾਡੀ ਗਲਤੀ ਆ।
ਇੱਥੇ ਮੈਂ ਇੱਕ ਗੱਲ ਸੋਚ ਗਿਆ ਵਾ, ਸੋਚ ਲਿਆ ਵਾ, ਸੋਰੀ ਮੈਂ ਸੋਚ ਕੇ ਕਿਹਾ ਤਾਂ, ਸੋਚ ਲਿਆ ਵਾ ਕਿ ਜਿਹੜੀ ਆਹ ਚੀਜ਼ ਆ ਨਾ ਸੋਸ਼ਲ ਮੀਡੀਆ, ਸੱਚੀ ਇੰਨੀ ਕੁ ਜ਼ਿਆਦਾ ਨੈਗੇਟਿਵਿਟੀ ਆ ਨਾ ਇਹਦੇ ਵਿੱਚ, ਤੁਸੀਂ ਜਿੰਨਾ ਮਰਜ਼ੀ ਸੱਚੇ ਹੋ ਜਾਓ ਇੱਥੇ ਤੁਹਾਨੂੰ ਗਾਲਾਂ ਹੀ ਕੱਢਣੀਆਂ ਲੋਕਾਂ ਨੇ, ਜੋ ਮਰਜ਼ੀ ਕਰ ਲਓ ਭਾਵੇਂ ਮਰ ਕੇ ਵੀ ਸੱਚੇ ਹੋ ਜਾਓ ਤਾਂ ਵੀ ਇਹੀ ਹੋਣਾ। ਅਤੇ ਮੈਂ ਤੁਹਾਡੇ ਅੱਗੇ ਰੋ ਨਹੀਂ ਸਕਦਾ, ਜੋ ਮੇਰੇ 'ਤੇ ਬੀਤੀ ਆ ਮੈਂ ਜਾਣਦਾ ਵਾ, ਜਾਂ ਅਸੀਂ ਕਿੱਥੋਂ ਭਰਨੇ ਪੈਸੇ ਜਾਂ ਕਿੱਥੋਂ ਨਹੀਂ ਭਰਨੇ ਸਾਰਾ ਕੁਛ ਸਾਨੂੰ ਪਤਾ ਵਾ। ਅਤੇ ਆਹ ਸਿਸਟਮ ਕਰਦਾ ਮੈਂ, ਜਿਹੜੀ ਮਤਲਬ ਕਿ ਬਾਈ ਆ ਗਿਆ ਸੀਗਾ ਆਪਣਾ ਭਰਾ, ਹੈ ਨਾ, ਅਤੇ ਉਹਦੇ ਕਰਕੇ ਵੀਡੀਓ ਮੈਂ ਅੱਗੇ ਕੰਟੀਨਿਊ ਨਹੀਂ ਕਰਦਾ, ਇੱਥੇ ਕਰਦਾ ਮੈਂ ਵੀਡੀਓ ਦੀ ਐਂਡਿੰਗ। ਅਤੇ ਜਿਹੜੇ ਕਹਿੰਦੇ ਨੇ ਤੁਸੀਂ ਆਪਣਾ ਮਜ਼ਾਕ ਆਪ ਬਣਾ ਰਹੇ ਹੋ ਜਾਂ ਕੁਛ ਵੀ ਕਰ ਰਹੇ ਹੋ, ਇਸ ਵਾਰੀ ਤਾਂ ਕੁਛ ਅਸੀਂ ਅਪਲੋਡ ਹੀ ਨਹੀਂ ਕੀਤਾ ਇਹੋ ਜਿਹਾ, ਕੋਈ ਸਟੋਰੀ ਨਹੀਂ ਪਾ, ਸਟੋਰੀ ਪਾ, ਰੀਲ ਪਾਉਂਦਾ ਰਿਹਾ, ਇੰਸਟੀਟਿਊਟ ਉੱਤੇ ਕੁਛ ਵੀ ਨਹੀਂ ਬੋਲਿਆ, ਬਸ ਰੀਲਾਂ ਪਾ ਰਹੇ ਹਾਂ ਅਸੀਂ ਆਪਣੀ, ਹੈ ਨਾ, ਹੋਰ ਕੁਛ ਨਹੀਂ ਬੋਲਦੇ ਪਏ, ਬਸ ਠੀਕ ਆ। ਉੱਦਾਂ ਤੁਸੀਂ ਆਪਣੇ ਵੱਲੋਂ ਜੱਜ ਕਰੀ ਜਾਂਦੇ ਹੋ ਜਾਂ ਕੁਛ ਵੀ ਹੁੰਦਾ, ਹਮੇਸ਼ਾ ਇਹ ਨਾ ਦੇਖੋ ਕਿ ਆਪਣੇ ਤੁਸੀਂ ਜਿਹੜਾ ਮਨ 'ਚ ਸੋਚ ਲਿਆ ਉਹੀ ਹੋ ਜਾਣਾ ਵਾ, ਠੀਕ ਆ ਨਾ। ਅਤੇ ਸੋ ਇਸੇ ਕਰਕੇ ਇੱਕ ਰਿਕੁਐਸਟ ਹੈ ਤੁਹਾਡੇ ਅੱਗੇ ਕਿ ਇੰਨਾ ਬਸ ਆਹੀ ਚੀਜ਼ ਸੀਗੀ ਜੋ ਤੁਹਾਨੂੰ ਮੈਂ ਕਲੀਅਰ ਕਰਤੀ ਆ, ਤਾਂ ਕਰਕੇ ਅਸੀਂ 2-4 ਦਿਨ ਵੀਡੀਓ ਨਹੀਂ ਪਾਈ ਆ, ਹੁਣ ਅਸੀਂ ਰੈਗੂਲਰ ਵੀਡੀਓ ਪਾਇਆ ਕਰਾਂਗੇ। ਅਤੇ ਕੋਈ ਚੱਕਰ ਨਹੀਂ, ਜੋ ਰੱਬ ਨੂੰ ਮਨਜ਼ੂਰ ਆ ਉਹੀ ਹੋਣਾ ਆ, ਠੀਕ ਆ ਨਾ ਆਪਾਂ, ਅਤੇ ਬਾਕੀ ਮਨ ਖਰਾਬ ਕਰਨਾ ਤਾਂ ਕੁਛ ਹੋਣਾ ਨਹੀਂ ਹੈ। ਅਤੇ ਪ੍ਰੀਤ ਬਹੁਤ ਜ਼ਿਆਦਾ ਟੈਨਸ਼ਨ ਲੈ ਰਹੀ ਸੀ ਕਿਉਂਕਿ ਸਾਡਾ ਗਾਣਾ ਸ਼ੋ ਆਫ ਕਰਦਾ 3-4 ਲੱਖ ਰੁਪਇਆ ਘੱਟ ਹੋ ਗਿਆ, ਚਲੋ ਬਾਈ ਜੀ ਨੂੰ ਉਹੀ ਹੋਣਾ ਵਾ, ਠੀਕ ਆ, ਆਪਾਂ ਕੀ ਕਰ ਸਕਦੇ ਹਾਂ। ਅਤੇ ਬਾਕੀ ਵੀਡੀਓ ਨੂੰ ਲਾਈਕ ਕਰਦਾ ਕਰੋ ਜਾਂ ਚੈਨਲ ਸਬਸਕ੍ਰਾਈਬ ਕਰ ਲਿਆ ਕਰੋ, ਇੰਸਟਾਗ੍ਰਾਮ 'ਤੇ ਜ਼ਰੂਰ ਫੋਲੋ ਕਰ ਲਿਆ ਕਰੋ। ਅਤੇ ਵੈਸੇ ਤਾਂ ਹਾਲੀ 3-4 ਦਿਨ ਸਾਡਾ ਮੂਡ ਇੱਦਾਂ ਦਾ ਹੀ ਰਹਿਣਾ ਵਾ, ਹੋਪ ਕਰਾਂਗੇ ਕਿ ਸਾਡਾ ਵੀਡੀਓ ਦਾ ਸਭ ਕੁਛ ਵਧੀਆ ਚੱਲੇ, ਹੈ ਨਾ, ਤਾਂ ਕਿ ਸਾਡਾ ਇਹ ਘਾਟੇ ਘੁੱਟੇ ਪੂਰੇ ਹੋ ਜਾਣ। ਅਤੇ ਹੁਣ ਆਪਾਂ ਰੈਗੂਲਰ ਵੀਡੀਓ ਪਾਵਾਂਗੇ, ਕਿਉਂਕਿ ਵੀਡੀਓ ਪਾਵਾਂਗੇ, ਗੇੜੇ ਗੁੜੇ ਲਾਵਾਂਗੇ, ਤਦੇ ਆਪਾਂ ਜਿਹਨਾਂ ਦੇ ਲਏ ਆਪਾਂ ਉਹਨਾਂ ਨੂੰ ਦੇ ਸਕਾਂਗੇ ਵਾਪਸ, ਠੀਕ ਆ। ਅਤੇ ਜਿੰਨਾ ਹੋ ਸਕਦਾ ਵੱਧ ਤੋਂ ਵੱਧ ਪਿਆਰ ਦਿਓ, ਅਤੇ ਬਾਕੀ ਮਿਲਦੇ ਹਾਂ ਨੈਕਸਟ ਵੀਡੀਓ ਦੇ ਨਾਲ, ਨੈਕਸਟ ਵੀਡੀਓ ਅਤੇ ਦੇਖਾਂਗੇ ਆਪਾਂ, ਤੁਹਾਨੂੰ ਦੱਸਾਂਗੇ ਕਿਸ ਬੰਦੇ ਨੇ ਸਾਨੂੰ ਇੱਦਾਂ ਕੀਤਾ ਸੀ, ਉਹ ਕੀਤਾ, ਸ਼ਾਇਦ ਆਪਾਂ ਦੱਸ ਦਾਂਗੇ, ਸਾਨੂੰ ਅਗਲੀ ਵੀਡੀਓ ਚੈੱਕਆਊਟ ਪੂਰਾ ਕਲੀਅਰ ਕਰ ਦਾਂਗੇ ਕਿ ਸਾਨੂੰ ਕੀ ਹੋਇਆ ਸੀ, ਕਿੱਦਾਂ ਕਿੱਦਾਂ ਕਲੀਅਰ ਕੀਤਾ ਸੀਗਾ ਪ੍ਰੀਤ, ਸ਼ਾਇਦ ਵੀਡੀਓ 'ਚ ਆ ਜਾਵੇ ਅਗਲੀ 'ਚ। ਇਸ ਵੀਡੀਓ 'ਚ ਉਹਨੂੰ ਮੈਂ ਤਾਂ ਨਹੀਂ ਲੈ ਕੇ ਬੈਠਾ ਕਿਉਂਕਿ ਮੂਡ ਉਹਦਾ ਬਹੁਤ ਹੀ ਬਹੁਤ ਬਹੁਤ ਜ਼ਿਆਦਾ ਔਫ ਆ, ਅਤੇ ਘਰਦਿਆਂ ਦੇ ਵੀ ਸਾਰਿਆਂ ਦਾ ਵੀ ਮਨ ਖਰਾਬ ਹੋਇਆ ਪਿਆ, ਹੈ ਨਾ, ਅਤੇ ਅਸੀਂ ਸੋਚਦੇ ਕੁਛ ਹਾਂ ਹੋ ਕੁਛ ਜਾਂਦਾ ਵਾ, ਇਸ ਵਾਰ ਤਾਂ ਆਪਾਂ ਕੁਛ ਦੱਸਿਆ ਨਹੀਂ ਸੀਗਾ ਸੋਸ਼ਲ ਮੀਡੀਆ 'ਤੇ, ਫਿਰ ਵੀ ਸਾਡੇ ਇੱਦਾਂ ਹੋ ਗਿਆ, ਅਤੇ ਕੀ ਕਰੀਏ, ਜੋ ਵਾਹਿਗੁਰੂ ਨੂੰ ਮਨਜ਼ੂਰ ਆਪਾਂ ਉਹੀ ਬਸ ਗੱਲ ਉਹ 'ਤੇ ਛੱਡ ਦਿੰਦੇ ਹਾਂ, ਰੱਬ ਅਤੇ ਸੱਚੇ ਪਾਤਸ਼ਾਹ ਵਾਹਿਗੁਰੂ ਅੱਗੇ ਉਹਦੇ 'ਤੇ ਛੱਡ ਦਿੰਦੇ ਹਾਂ ਕਿ ਤੁਸੀਂ ਜੋ ਕਰਨਾ ਤੁਸੀਂ ਆਪਣੇ ਚੰਗੇ ਲਈ, ਸਾਡੇ ਚੰਗੇ ਲਈ ਕਰਨਾ, ਹੈ ਨਾ, ਅਤੇ ਸਾਡਾ ਕੀ ਪਤਾ ਉਸ ਤੋਂ ਅੱਗੇ ਕੁਛ ਬੈਡ ਮੰਦਾ ਹੋਣਾ ਚਾਹੀਦਾ, ਤਾਂ ਕਰਕੇ ਸਾਡਾ ਨਹੀਂ ਲੱਗਿਆ, ਹੈ ਨਾ। ਅਤੇ ਬਾਕੀ ਆਪਾਂ ਤੁਹਾਡੇ ਕੋਲ ਲੈਂਦੇ ਹਾਂ ਇਜਾਜ਼ਤ, ਅਤੇ ਆਪਾਂ ਅਗਲੀ ਵੀਡੀਓ 'ਚ ਤੁਹਾਨੂੰ ਕਲੀਅਰ ਆਊਟ ਕਰ ਦਾਂਗੇ ਕਿ ਸਾਡਾ ਕੀ ਬੀਤੀ, ਕੀ ਨਹੀਂ ਕੀਤਾ ਆਪਾਂ 4-5 ਦਿਨਾਂ 'ਚ। ਅਤੇ ਬਸ ਅੱਜ ਦੀ ਵੀਡੀਓ ਇੰਨੀ ਕੀ ਆ, ਮਿਲਦੇ ਹਾਂ ਨੈਕਸਟ ਵੀਡੀਓ ਦੇ ਨਾਲ, ਬਾਬੇ, ਠੀਕ ਆ, ਸਤਿ ਸ਼੍ਰੀ ਅਕਾਲ।